ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਿટા ਆਪਾਂ B&Cਾਮਨ ਐਂਟਰੈਂਸ ਐਗਜ਼ਾਮ ਦੀ ਜਿਹੜੀ ਨੈਕਸਟ ਕਲਾਸ ਹੈ ਉਹ ਸਟਾਰਟ ਕਰਨ ਜਾ ਰਹੇ ਹਾਂਗੇ ਜਿਦੇ ਵਿੱਚ ਆਪਾਂ ਹਿਸਟਰੀ ਦੇ ਕੁਝ ਜਿਹੜੇ ਇਵੈਂਟਸ ਨੇਗੇ ਡੇਟਸ ਨੇਗੀਆਂ ਜਾਂ ਵਾਰਟਸ ਨੇਗਿਆ ਇੰਪੋਰਟੈਂਟ ਨੂੰ ਡਿਸਕਸ ਕਰਾਂਗੇ ਤੇ ਇਸ ਤੋਂ ਬਾਅਦ ਨੈਕਸਟ ਵੀਡੀਓ ਵਿੱਚ ਆਪਾਂ ਹਿਸਟਰੀ ਦੇ MCQ's ਡਿਸਕਸ ਕਰਾਂਗੇ ਤੇ ਇਹਨਾਂ ਦੋਨਾਂ ਦੀ ਪੀਡੀਫਸ ਮੈਂ ਕਲਾਸਿਸ ਤੋਂ ਬਾਅਦ ਆਪਣੇ ਟੈਲੀਗ੍ਰam ਚੈਨਲ ਦੇ ਵਿੱਚ ਸ਼ੇਅਰ ਕਰ ਦੂੰਗੀ ਤੁਸੀਂ ਉੱਥੋਂ ਜਾ ਕੇ ਜੇ ਕਿਸੇ ਨੂੰ ਕੋਈ ਡਾਊਟ ਹੁੰਦਾ ਜਿਵੇਂ ਕੁਝ ਕੁ ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਸਾਨੂੰ ਵਿਜ਼ਿਬਿਲਟੀ ਨਹੀਂ ਹੈਗੀ ਨਹੀਂ ਕਲੀਅਰ ਨਹੀਂ ਹੈਗੀ ਜਦਕਿ ਮੇਰੇ ਵੱਲੋਂ ਪ੍ਰੋਪਰ ਸੀਗੀ ਉਹ ਮੇभी ਤੁਹਾਡੇ ਫੋਨ 'ਚ ਕਈ ਵਾਰੀ ਆਪਣੇ ਹਨਾ ਹੁੰਦਾ ਹੈਗਾ ਤੇ ਬਾਕੀ ਸਭ ਤੋਂ ਪਹਿਲਾਂ ਮੈਂ ਗੁਜਾਰਿਸ਼ ਕਰਦੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਕਿਸੇ ਨੇ ਹਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੱਕ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਆਦਾ ਤੋਂ ਜਿਆਦਾ ਵੀਡੀਓਜ਼ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਵੀ ਬੱਚੇ ਜਿਨ੍ਹਾਂ ਨੇ ਐਂਟਰੈਂਸ ਦੇਣਾ ਉਹਨਾਂ ਤੱਕ ਇਹ ਵੀਡੀਓਜ਼ ਪਹੁੰਚ ਸਕਣ ਤੇ ਬਾਕੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਕਲਾਸ ਜਿਸ ਵਿੱਚ ਆਪਾਂ ਪਹਿਲਾ ਇੰਪੋਰਟੈਂਟ ਵਾਰਸ ਐਂਡ ਬੈਟਲਸ ਇਨ ਹਿਸਟਰੀ ਆਫ ਇੰਡੀਆ ਡਿਸਕਸ ਕਰਨ ਜਾ ਰਹੇ ਆਂਗੇ ਫਰਸਟ ਹੈ ਦਾ ਵਾਰ ਆਫ ਕਲਿੰਗਾ ਕਲਿੰਗਾ ਦਾ ਯੁੱਧ ਕਦੋਂ ਹੋਇਆ ਸੀ 261 ਬੀਸੀ ਬੇਟਾ ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ ਤੁਸੀਂ ਇਹ ਮੋਸਟਲੀ ਸਾਰੀਆਂ ਬੈਟਲਸ ਜਿਨ੍ਹਾਂ ਨੇ ਵੀ ਹਿਸਟਰੀ ਪੜ੍ਹੀ ਹੈਗੀ ਗ੍ਰੈਜੂਏਸ਼ਨ ਦੇ ਵਿੱਚ ਪੜ੍ਹ ਕੇ ਆਏ ਹੋ ਕੁਝ ਕਨੇ ਪਲੱਸ 2 ਤੱਕ ਪੜ੍ਹੀ ਹੈ ਤਾਂ ਪਲੱਸ 2 'ਚ ਵੀ ਜਿਆਦਾ ਨਹੀਂ ਜੀ ਇਹਦੇ 'ਚੋਂ ਤੁਸੀਂ 10 12 ਤਾਂ ਪੜੀਆਂ ਹੀ ਹੋਣਗੀਆਂ ਅਲੈਗਜ਼ੈਂਡਰਸ ਇਨਵੈਂਸ਼ਨ 326 ਬੀਸੀ ਅਲੈਗਜ਼ੈਂਡਰ ਸਿਕੰਦਰ ਦਾ ਜਿਹੜਾ ਉਹ ਹੋਇਆ ਸੀਗਾ ਉਹਨੇ ਅਟੈਕ ਕੀਤਾ ਸੀ ਹਮਲਾ ਸੀ ਉਹ ਐਸੀ 326 BC ਦੇ ਵਿੱਚ ਦਾ ਫਰਸਟ ਬੈਟਲ ਆਫ ਤਰਨ ਤਰਨ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ 1191 AD BC AD ਦਾ ਜ਼ਰੂਰ ਧਿਆਨ ਰੱਖਣਾ ਹੈਗਾ ਦਾ ਸੈਕਿੰਡ ਬੈਟਲ ਆਫ ਤਰਨ 1192 AD ਦੇ ਵਿੱਚ ਹੋਈ ਸੀਗੀ ਤੈਮੂਰ ਲੰਗਸ ਇਨਵੈਂਸ਼ਨ 1398 AD ਦੇ ਵਿੱਚ ਹੋਇਆ ਸੀ ਦਾ ਫਰਸਟ ਬੈਟਲ ਆਫ ਪਾਣੀਪਤ 1526 AD ਦਾ ਸੈਕਿੰਡ ਬੈਟਲ ਆਫ ਪਾਣੀਪਤ 1556 AD ਦ ਬੈਟਲ ਆਫ ਹਲਦੀ ਘਾਟ 1576 ਏਡੀ ਦੇ ਵਿੱਚ ਹੋਈ ਸੀ ਬੇਟਾ ਜੋ ਫਰਸਟ ਬੈਟਲ ਆਫ ਪਾਨੀਪਤ ਹੈ ਸੈਕੰਡ ਬੈਟਲ ਆਫ ਪਾਨੀਪਤ ਹੈ ਦੇਖੋ 1526 ਤੇ 1556 30 ਸਾਲਾਂ ਦਾ ਫਰਕ ਸੀ ਦੋਨਾਂ ਦੇ ਵਿੱਚ ਹੈਨਾ ਤੁਸੀਂ ਕੁਝ ਇੱਕ ਟ੍ਰਿਕ ਬਣਾ ਕੇ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ ਦ ਬੈਟਲ ਆਫ ਹਲਦੀ ਘਾਟ 1576 ਈਸਵੀ ਦੇ ਵਿੱਚ ਬੈਟਲ ਆਫ ਪਲਾਸੀ ਬਹੁਤ ਬਹੁਤ ਇੰਪੋਰਟੈਂਟ ਹੈ 1757 ਏਡੀ ਦੇ ਵਿੱਚ ਹੋਈ ਸੀ ਥਰਡ ਬੈਟਲ ਆਫ ਪਾਨੀਪਤ 1761 ਈਸਵੀ ਦੇ ਵਿੱਚ ਹੋਈ ਸੀ ਮਤਲਬ ਪਾਨੀਪਤ ਦੇ ਤਿੰਨ ਲੜਾਈਆਂ ਸੀ ਪਹਿਲੀ 1526 ਦੂਜੀ 1556 ਤੇ ਤੀਜੀ 1761 ਈਸਵੀ ਦੇ ਵਿੱਚ ਹੋਈ ਸੀ ਵੱਡਾ ਕਲੂਕਾਰਾ ਕਦੋਂ ਐਸੀ 1762 ਈਡੀ ਦੇ ਵਿੱਚ ਦਾ ਬੈਟਲ ਆਫ ਬਾਕਸਰ ਬਾਕਸਰ ਦੀ ਲੜਾਈ ਕਦੋਂ ਐਸੀ 1764 ਦੇ ਵਿੱਚ ਵੀ ਬਹੁਤ ਇੰਪੋਰਟੈਂਟ ਹੈ ਦਾ ਬੈਟਲ ਆਫ ਵਾਟਰਲੂ 1815 ਈਡੀ ਦੇ ਵਿੱਚ ਦਾ ਫਰਸਟ ਐਂਗਲੋ ਸਿੱਖ ਵਾਰ 1845 ਈਡੀ ਦੇ ਵਿੱਚ ਦ ਸੈਕੰਡ ਐਂਗਲੋ ਸਿੱਖ ਵਾਰ 1848 ਏਡੀ ਦੇ ਵਿੱਚ ਹੋਈ ਸੀ ਦਾ ਕ੍ਰਾਈਮਨ ਵਾਰ 1854 ਏਡੀ ਦੇ ਵਿੱਚ ਹੋਈ ਸੀ ਇਹ ਕੋਈ ਡੀ ਇੰਪੋਰਟੈਂਟ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹ ਇੰਡੀਆਜ਼ ਫਰਸਟ ਵਾਰ ਆਫ ਇੰਡੀਪੈਂਡੈਂਸ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ 1757 ਈਸਵੀ ਦੇ ਵਿੱਚ ਵਿਦਰੋਹ ਹੋਇਆ ਸੀ ਜਿਹੜਾ 1857 ਦਾ ਦਾ ਫਰਸਟ ਵਰਲਡ ਵਾਰ ਆਊਟਬ੍ਰੇਕ 1914 ਦੇ ਵਿੱਚ ਹੋਇਆ ਸੀ ਸੈਕੰਡ ਵਾਲਾ 1939 ਪਹਿਲਾ ਵਿਸ਼ਵ ਯੁੱਧ ਕਦੋਂ ਲੱਗਿਆ ਸੀ ਬੇਟਾ ਸਟਾਰਟ ਹੋਇਆ ਸੀ 1914 ਈਸਵੀ ਦੇ ਵਿੱਚ ਤੇ ਦੂਜਾ ਵਿਸ਼ਵ ਯੁੱਧ ਕਦੋਂ ਹੋਇਆ ਸੀ 1939 ਦੇ ਵਿੱਚ ਠੀਕ ਹੈ ਦਾ ਗੋਲਫ ਵਾਰ 1991 ਦੇ ਵਿੱਚ ਕਾਰਗਿਲ ਵਾਰ 1999 ਈਸਵੀ ਦੇ ਵਿੱਚ ਬਾਅਰ ਔਨ ਤਾਲੀਬਾਨ 2001 ਦੇ ਵਿੱਚ ਠੀਕ ਹੈ ਇਹਦੇ ਚੋਂ ਜਿਹੜੀਆਂ ਮੋਸਟ ਇੰਪੋਰਟੈਂਟ ਨੇ ਜਿਹੜੀਆਂ ਤੁਹਾਨੂੰ ਆਉਣੀਆਂ ਹੀ ਚਾਹੀਦੀਆਂ ਨੇ ਫਸਟ ਆ ਉਹਦੇ ਚੋਂ ਸੈਕਿੰਡ ਥਰਡ ਫੋਰਥ 6th 7th 8 9 10 ਉਸ ਤੋਂ ਬਾਅਦ 12 ਫਿਰ 14 15 17 ਤੇ 18 19 ਤੇ 21st ਕਰ ਗਿਰਦੀ 1999 ਦੇ ਵਿੱਚ ਉਸੇ ਜਿਹੜੀ ਠੀਕ ਹੈ ਨੈਕਸਟ ਆਗੇ ਦਾ ਟੋਮਸ ਆਫ ਦਾ ਮੁਗਲ ਐਮਪਾਇਰਸ ਜਿਹੜੇ ਟੋਮ ਬਣੇ ਹੋਏ ਆਗੇ ਮੁਗਲ ਰਾਜਿਆਂ ਦੇ ਉਹ ਮਕਬਰੇ ਬਣੇ ਹੋਏ ਨੇਗੇ ਉਹ ਕਿਹੜਾ ਕਿਹੜਾ ਰਾਜੇ ਦਾ ਕਿੱਥੇ ਹੈਗਾ ਬਾਬਰ ਦਾ ਮਕਬਰਾ ਕਾਬੁਲ ਦੇ ਵਿੱਚ ਹੈ ਹਮਾਇੂ ਦਾ ਦਿੱਲੀ ਚ ਹੈ ਅਕਬਰ ਦਾ ਸਿਕੰਦਰਾਬਾਦ ਵਿੱਚ ਹੈ ਜਹਾਂਗੀਰ ਦਾ ਲਾਹੌਰ ਚ ਹੈ ਸ਼ਾਹਜਹਾਂ ਦਾ ਆਗਰੇ ਵਿੱਚ ਹੈ ਔਰੰਗਜ਼ੇਬ ਦਾ ਔਰੰਗਾਬਾਦ ਚ ਹੈ ਬਹਾਦਰ ਸ਼ਾ ਜਾਫਰ ਦਾ ਰੰਗੂਨ ਦੇ ਵਿੱਚ ਹੈ ਐਟ ਪ੍ਰੈਜ਼ੈਂਟ ਦਾ ਟੋਮਬਸ ਆਫ 3 ਮੁਗਲ ਐਮਪੀਰਰਸ ਆਰ ਆਊਟ ਆਫ ਇੰਡੀਆ ਕਿੰਨਾ ਇਹਨਾਂ ਚੋਂ ਕਿੰਨ ਤਿੰਨ ਜਣਿਆਂ ਦੇ ਨੇ ਜਿਹੜੇ ਆਊਟ ਆਫ ਇੰਡੀਆ ਨੇ ਪਾਕਿਸਤਾਨ ਚ ਆਂਦੇ ਨੇ ਕਿ ਬਾਬਰ ਦਾ ਬਟਾ ਕਾਬੁਲ ਦੇ ਵਿੱਚ ਹੈ ਹਮਾਇੂ ਦਾ ਦਿੱਲੀ ਅਕਬਰ ਸਿਕੰਦਰਾਬਾਦ ਜਹਾਂਗੀਰ ਲਾਹੌਰ ਸ਼ਾਹਜਹਾਂ ਆਗਰਾ ਔਰੰਗਜੀਤ ਔਰੰਗਾਬਾਦ ਬਹਾਦਰ ਸ਼ਾ জাফর ਦਾ ਰੰਗੂਨ ਦੇ ਵਿੱਚ ਆ ਇੰਪੋਰਟੈਂਟ ਆਈਟਮ ਨੇਕਸਟ ਆ ਗਿਆ ਇੰਪੋਰਟੈਂਟ ਡੇਟਸ ਇਨ ਦਾ ਹਿਸਟਰੀ ਜਿਹੜੀਆਂ ਕਿ ਇਹਦੇ ਚ ਆਪਾਂ ਇੰਪੋਰਟੈਂਟ ਇੰਪੋਰਟੈਂਟ ਕਰਾਂਗੇ ਬਰਥ ਆਫ ਕ੍ਰਾਈਸਟ 4 ਬੀਸੀ ਇੰਪੋਰਟੈਂਟ ਆ ਬੇਟਾ ਇਹ ਬਰਥ ਆਫ ਬੁੱਧਾ 567 ਬੀਸੀ 567 ਬੀਸੀ ਬਰਤੋਫ ਸ੍ਰੀ ਗੁਰੂ ਨਾਨਕ ਦੇਵ ਜੀ 1469 ਈਸਵੀ ਆਪਾਂ ਨੂੰ ਪਤਾ ਹੀ ਹੈ ਕੋਲੰਬਸ ਡਿਸਕਵਰਡ ਅਮਰੀਕਾ ਕੋਲੰਬਸ ਨੇ ਅਮਰੀਕਾ ਕਦੋਂ ਡਿਸਕਵਰਡ ਕੀਤਾ ਸੀ 1492 ਈਸਵੀ ਦੇ ਵਿੱਚ ਤੇ ਬਾਸਕੋ ਡੀ ਗਾਮਾ ਕਦੋਂ ਆਇਆ ਸੀ 1498 ਦੇ ਵਿੱਚ 1492 ਵਿੱਚ ਮਤਲਬ ਅਮਰੀਕਾ ਡਿਸਕਵਰ ਹੋਇਆ ਸੀ ਤੇ ਬਾਸਕੋ ਡੀ ਗਾਮਾ 1498 ਦੇ ਵਿੱਚ ਇੰਡੀਆ ਪਹੁੰਚ ਗਿਆ ਸੀ ਠੀਕ ਹੈ ਫਾਊਂਡੇਸ਼ਨ ਆਫ ਫਤੇਪੁਰ ਸਿਕਰੀ ਫਤੇਪੁਰ ਸਿਕਰੀ ਕਦੋਂ ਬਣਿਆ ਸੀ 1573 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਸਟੈਬਲਿਸ਼ਡ ਈਸਟ ਇੰਡੀਆ ਕੰਪਨੀ ਕਦੋਂ ਬਣੀ ਸੀ 1600 ਏਡੀ ਦੇ ਵਿੱਚ ਠੀਕ ਹੈ 크리에이션 ਆਫ ਦਾ ਖਾਲਸਾ ਖਾਲਸਾ ਪੰਥ ਦੀ ਸਥਾਪਨਾ ਆਪਾਂ ਨੂੰ ਪਤਾ ਹੈ 1699 ਈਸਵੀ ਦੇ ਵਿੱਚ ਬਰਥ ਆਫ ਮਹਾਰਾਜਾ ਰਣਜੀਤ ਸਿੰਘ ਜੀ 1780 ਏਡੀ ਠੀਕ ਹੈ ਉਸ ਤੋਂ ਬਾਅਦ ਟ੍ਰੀਟੀ ਆਫ ਅੰਮ੍ਰਿਤਸਰ 1809 ਈਸਵੀ ਦੇ ਵਿੱਚ ਇਹ ਵੀ ਸ਼੍ਰੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੀ ਸੀਗੀ 1809 ਦੀ ਜਿਹੜੀ ਸੰਧੀ ਸੀ ਅੰਮ੍ਰਿਤਸਰ ਦੀ ਅੰਗਰੇਜ਼ਾਂ ਦੇ ਨਾਲ ਦੈਟ ਟੋਪ ਮਹਾਰਾਜਾ ਰਣਜੀਤ ਸਿੰਘ ਜੀ 1839 ਈਸਵੀ ਦੇ ਵਿੱਚ ਫਰਸਟ ਇੰਡੀਅਨ ਰੇਲਵੇ ਸਟਾਰਟ ਪਹਿਲੀ ਇੰਡੀਅਨ ਰੇਲਵੇ ਸਟਾਰਟ ਹੋਈ ਸੀ 1853 ਦੇ ਵਿੱਚ ਕ੍ਰੀਏਸ਼ਨ ਆਫ ਦਾ ਕਾਂਗਰਸ ਕਾਂਗਰਸ ਕਦੋਂ ਬਣੀ ਸੀ 1858 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਬੰਗਾਲ ਦੀ ਪਾਰਟੀਸ਼ਨ ਕਦੋਂ ਹੋਈ ਸੀ 1905 ਚ ਬਹੁਤ ਇੰਪੋਰਟੈਂਟ ਹੈ ਇਹ ਬੇਟਾ ਨੈਕਸਟ ਵੀ ਮੁਸਲਿਮ ਲੀਗ ਕਦੋਂ ਬਣੀ ਸੀ 1906 ਚ ਬਣੀ ਸੀ ਕਰੀਏਸ਼ਨ ਆਫ ਐਨ ਹੋਮ ਰੂਲ ਲੀਗ ਹੋਮ ਰੂਲ ਲੀਗ ਕਦੋਂ ਨਹੀਂ 1916 ਐਸਬੀ ਦੇ ਵਿੱਚ ਇਹ ਕੋਈ ਇੱਡਾ ਇੰਪੋਰਟੈਂਟ ਨਹੀਂ ਜਲਿਆਂਵਾਲਾ ਬਾਗ ਦਾ ਸਾਕਾ ਕਦੋਂ ਐਸੀ 1919 ਐਸਬੀ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਨਾਨ ਕਾਰਪੋਰੇਸ਼ਨ ਮੂਵਮੈਂਟ 1920 ਐਸਬੀ ਦੇ ਵਿੱਚ ਆਈ ਸੀ ਸਾਈਮਨ ਕਮਿਸ਼ਨ ਕਦੋਂ ਆਇਆ ਸੀ 1928 ਦੇ ਵਿੱਚ ਇਹ ਆਪਾਂ ਕੱਲ ਪੋਲਿਟਿਕਸ ਦੇ ਐਮਸੀਕਿਊਜ਼ ਦੇ ਵਿੱਚ ਵੀ ਇਹ ਕੁਐਸਚਨ ਕੀਤਾ ਸੀਗਾ ਗਾਂਧੀ-ਇਰਵਿਨ ਪੈਕਟ 1931 ਐਸਬੀ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਵਿਟ ਇੰਡੀਆ ਮੂਵਮੈਂਟ 1942 ਈਸਵੀ ਦੇ ਵਿੱਚ ਆਈ ਸੀਗੀ ਇੰਡੀਅਨ ਕਨਸਟੀਟਿਊਸ਼ਨ ਐਂਡ ਫੋਰਸਟ ਕਦੋਂ ਲਾਗੂ ਹੋਇਆ ਸੀ ਸੰਵਿਧਾਨ ਆਪਣਾ 1950 ਈਸਵੀ ਦੇ ਵਿੱਚ ਆਇਆ ਸੀ ਇਹਦੇ ਚੋਂ ਜੇ ਤੁਸੀਂ ਸਕਿਪ ਕਰ ਸਕਦੇ ਹੋਗੇ ਤਾਂ ਸਿਰਫ ਤੁਸੀਂ 16 ਨੰਬਰ ਸਕਿਪ ਕਰ ਸਕਦੇ ਹੋਗੇ ਤੇ ਜਿਆਦਾ ਤੋਂ ਜਿਆਦਾ ਤੁਸੀਂ ਇਹਦੇ ਚੋਂ ਬਟਾ ਜੋ ਹੋਰ ਆਪਾਂ ਕਹਿ ਸਕਦੇ ਆਂਗੇ ਬਾਕੀ ਸਾਰੇ ਇੰਪੋਰਟੈਂਟ ਡੇਟਸ ਨੇ ਬਟਾ ਇਹਨਾਂ ਤੋਂ ਕੁਐਸਚਨ ਬਣ ਸਕਦਾ ਆਪਾਂ ਨੂੰ ਸਾਰੀਆਂ ਹੀ ਕਰਨੀਆਂ ਪੈਣੀਆਂ ਨੇ ਅੱਗੇ ਕੋਸ਼ਿਸ਼ ਕਰੋ ਵੀ ਇਹਨਾਂ ਨੂੰ ਕਿਸੇ ਟ੍ਰਿਕ ਨਾਲ ਯਾਦ ਕਰੋ ਤੁਸੀਂ ਟ੍ਰਿਕ ਐਵੇਂ ਦੀ ਬਣਾਓ ਕਿ ਜਿਹੜੀ ਤੁਹਾਨੂੰ ਪੇਪਰ ਦੇ ਵਿੱਚ इजीली ਵੇਖ ਕੇ ਯਾਦ ਆ ਜੇ ਜਿਵੇਂ ਬਰਥ ਆਫ ਮਹਾਰਾਜਾ ਰਣਜੀਤ ਸਿੰਘ 1780 ਹੈ ਤਾਂ ਤੁਸੀਂ ਇਹਨੂੰ ਕਿਵੇਂ ਯਾਦ ਕਰ ਸਕਦੇ ਹੋ ਜਿਵੇਂ ਆਪਾਂ ਯਾਦ ਰੱਖਣਾ ਸਿਰਫ ਮਹਾਰਾਜਾ ਰਣਜੀਤ ਸਿੰਘ ਜੀ ਸਪੋਜ਼ 17 ਸਾਲ ਦੇ ਸੀ ਜਦੋਂ ਉਹਨਾਂ ਨੇ ਪਹਿਲੀ ਲੜਾਈ ਜਿੱਤੀ ਸੀ ਤੇ 30 ਸਾਲ ਦੀ ਉਮਰ 'ਚ ਉਹਨਾਂ ਦੀ ਡੈਥ ਹੋ ਗਈ ਸੀ ਇਹ ਮੈਂ ਸਿਰਫ ਇੱਕ ਤੁਹਾਨੂੰ ਤਰੀਕਾ ਦੱਸ ਰਹੀ ਹਾਂ ਯਾਦ ਕਰਨ ਦਾ ਠੀਕ ਹੈ ਐਵੇਂ ਤੁਸੀਂ ਯਾਦ ਕਰ ਸਕਦੇ ਹੋ ਕਿ 1780 ਇਸ ਵੀ ਦੇ ਵਿੱਚ ਫਿਰ ਟ੍ਰੀਟੀ ਆਫ ਅੰਮ੍ਰਿਤਸਰ ਉਹਨਾਂ ਨੇ ਕੀਤੀ ਸੀ 1780 ਤੇ 1809 ਚ ਕਿੰਨਾ ਗੈਪ ਹੈ ਤੁਸੀਂ ਯਰ ਯਾਦ ਕਰ ਲੂ ਕਿੰਨੇ ਆਪਦੇ ਬਰਥ ਤੋਂ ਇੰਨੇ ਸਾਲਾਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੀ ਸੰਧੀ ਕੀਤੀ ਸੀ ਤੇ ਅੰਮ੍ਰਿਤਸਰ ਦੀ ਸੰਧੀ ਤੋਂ ਸਹੀ 30 ਸਾਲਾਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਇਹ ਵੀ ਤੁਸੀਂ ਟ੍ਰਿਕਸ ਬਣਾ ਕੇ ਯਾਦ ਕਰ ਸਕਦੇ ਹੋ ਹਿਸਟਰੀ ਨੂੰ ਪੜਨ ਦਾ ਇੱਕ ਇਹੀ ਤਰੀਕਾ ਹੈ ਬਾਕੀ ਦੇ ਚੋ ਜਿਆਦਾ ਨਹੀਂ ਜੇ 22 ਚੋ 15 ਤਾਂ ਤੁਹਾਨੂੰ ਪਹਿਲਾਂ ਵੀ ਪਤਾ ਹੋਣਗੀਆਂ ਕਿ ਬਾਸਕੋਡੀ ਗਾਮਾ ਕਦੋਂ ਆਇਆ ਕੋਲੰਬਸ ਨੇ ਕਦੋਂ ਡਿਸਕਵਰ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਹਨਾ ਇਹ ਇੰਪੋਰਟੈਂਟ ਤੇ ਆਪਾਂ ਨੂੰ ਬੇਸਿਕ ਆਪਾਂ ਸਕੂਲਾਂ ਚ ਵੀ ਪੜ੍ਹਦੇ ਆ ਤਾਂ ਨੈਕਸਟ ਆ ਗਿਆ ਤਖਸ਼ੇਂਤ ਡਿਕਲੇਰੈਂਸ 1968 ਦੇ ਵਿੱਚ ਇਹ ਤੁਸੀਂ ਛੱਡ ਸਕਦੇ ਹੋਗੇ ਨੀਲ ਆਰਮਸਟ੍ਰॉन्ग ਲੈਂਡਸ 온 ਦਾ ਮੂਨ ਇਹ ਇੰਪੋਰਟੈਂਟ ਹੈ ਨੀਲ ਆਰਮਸਟ੍ਰॉन्ग ਮੂਨ ਤੇ ਕਦੋਂ ਪਹੁੰਚਿਆ ਸੀ 1969 ਇਸਵੀ ਦੇ ਵਿੱਚ ਮੂਨ ਤੋਂ ਜ਼ਿਆਦਾ ਗਿਆ ਕੱਲ ਆਪਣੇ ਇੰਡੀਆ ਵੱਲੋਂ ਚੰ드ਰੀਅਨ 3 ਵੀ ਹੈ ਜਿਹੜਾ ਉਹ ਲਾਂਚ ਕੀਤਾ ਗਿਆ 2 ਵਜ ਕੇ 2:34 ਮਿੰਟ ਤੇ ਜਿਹੜਾ ਆਪਣੇ ਇੰਡੀਆ ਵੱਲੋਂ ਲਾਂਚ ਕੀਤਾ ਗਿਆ ਇਹ ਕੁਐਸਚਨ ਤੁਹਾਨੂੰ ਬਣ ਸਕਦਾ ਹੈ ਕੱਲ ਦੀ ਡੇਟ ਕਿੰਨੀ ਸੀਗੀ 14 ਜੁਲਾਈ ਸੀਗੀ ਤਾਂ ਵੀ ਚੰ드ਰੀਅਨ 3 ਕਿਹੜੀ ਤਰੀਕ ਨੂੰ ਲਾਂਚ ਹੋਇਆ ਸੀਗਾ ਸਕਸੈਸਫੁਲ ਹੋਣਾ ਬਾਅਦ ਚੋਂ ਉਹ ਵਾਲੇ ਆਪਣੇ ਕੋਲ ਰਿਜ਼ਲਟ ਪਹੁੰਚਿਆ ਨਹੀਂ ਉਹਦਾ ਬਟ ਇਹ ਤੁਹਾਨੂੰ ਇੰਪੋਰਟੈਂਟ ਕੁਐਸਚਨ ਹੈ ਕਰੰਟ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ ਫਾਰਮੇਸ਼ਨ ਆਫ ਬੰਗਲਾਦੇਸ਼ ਬੰਗਲਾਦੇਸ਼ ਕਦੋਂ ਬਣਿਆ ਸੀ 1971 ਦੇ ਵਿੱਚ ਇਹ ਵੀ ਇੰਪੋਰਟੈਂਟ ਆ ਸ਼ਿਮਲਾ 1972 ਦੇ ਵਿੱਚ ਬਣਿਆ ਸੀਗਾ ਠੀਕ ਹੈ ਨੈਸ਼ਨਲ ਐਮਰਜੈਂਸੀ ਕਦੋਂ ਡਿਕਲੇਅਰ ਹੋਈ ਸੀ 1975 ਸਵੀ ਦੇ ਵਿੱਚ ਇੰਦਰਾ ਗਾਂਧੀ ਜੀ ਨੂੰ ਕਦੋਂ ਮਾਰਿਆ ਗਿਆ ਸੀ 1984 ਸਵੀ ਦੇ ਵਿੱਚ ਇਹ ਆਪਾਂ ਕੱਲ ਵੀ ਪੜਿਆ ਸੀ ਫਾਰਮੇਸ਼ਨ ਆਫ ਸਾਰਕ 1985 ਡੀਮੋਲਿਸ਼ਨ ਆਫ ਬਾਬਰੀ ਮਸਜਿਦ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਢਾਇਆ ਗਿਆ ਸੀ ਮਹਾਰਾਸ਼ਟਰ ਚਰਤਕ ਇੱਕ ਬਹੁਤ ਵੱਡਾ ਆਇਆ ਸੀ ਮਹਾਰਾਸ਼ਟਰ ਤੇ ਗੁਜਰਾਤ ਦੇ ਵਿੱਚ 1993 ਚ ਆਇਆ ਸੀ ਗੁਜਰਾਤ ਚ 2001 ਚ ਆਇਆ ਸੀ ਠੀਕ ਹੈ ਇਹਦੇ ਚ ਤੁਸੀਂ ਜਿਆਦਾ ਨਹੀਂ ਜੇ ਬੇਟਾ ਬੰਗਲਾਦੇਸ਼ ਕਦੋਂ ਬਣਿਆ 인ਦਰਾ ਗਾਂਧੀ ਜੀ ਦੀ ਜਤ ਕਦੋਂ ਹੋਈ ਐਮਰਜੈਂਸੀ ਕਦੋਂ ਲੱਗੀ ਤੇ ਸਾਰਕ ਕਦੋਂ ਬਣਿਆ ਸੀ ਇਹ ਇੰਪੋਰਟੈਂਟ ਨੇ ਇਹ ਜ਼ਰੂਰ ਕਰ ਲਿਓ ਠੀਕ ਹੈ ਬਾਕੀ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਐਮਸੀਕਿਊਜ਼ ਨੇ ਹਿਸਟਰੀ ਦੇ ਕਾਫੀ ਹੋ ਡਿਸਕਸ ਕਰਾਂਗੇ మేబీ ਉਹ ਦੋ 파ਟ ਬਣ ਜਾਣਗੇ ਆਪਣੇ ਕਿਉਂਕਿ ਕਾਫੀ ਜ਼ਿਆਦਾ ਨੇ ਆਪਣੇ ਕੋਲੇ एमसीक्यूਸ ਤੇ ਮੈਨੂੰ ਐਵੇਂ ਇੱਕ ਵਾਰੀ ਤੁਸੀਂ ਗੋ ਥਰੂ ਹੋ ਜੋ ਚਾਹੇ ਤੁਸੀਂ ਮੈਨੂੰ ਬੋਲਦੇ ਹੀ ਸੁਣਿਆ ਹੋਵੇ ਤੁਹਾਡੇ ਮਾਈਂਡ ਦੇ ਵਿੱਚ ਉਹ ਚੀਜ਼ਾਂ ਰਹਿ ਜਾਂਦੀ ਹੁੰਦੀਆਂ ਜਦੋਂ ਆਪਾਂ ਸੁਣਿਆ ਹੁੰਦਾ ਕਿਸੇ ਨੂੰ ਧਿਆਨ ਦੇ ਨਾਲ ਹਨਾ ਤਾਂ ਵੀ ਤੁਹਾਨੂੰ ਪੇਪਰ ਦੇ ਵਿੱਚ ਤੁਸੀਂ ਕੈਚ ਕਰ ਸਕੋ ਬਾਕੀ ਜੇ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਪੁੱਛ ਸਕਦੇ ਹੋਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ